ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਐਂਡ ਦੋਸਤ ਮਨਤੀਰ। ਕਹਿੰਦੇ ਆ ਜੀ, ਮੁਕਾਮ ਵੱਲ ਵਧਾਇਆ ਹੋਇਆ ਪਹਿਲਾ ਕਦਮ ਹੁੰਦਾ ਹੈ ਬਹੁਤ ਖਾਸ, ਅਤੇ ਖੁੱਲ੍ਹੀਆਂ ਅੱਖਾਂ ਨਾਲ ਸੁਪਨਾ ਵੇਖਿਆ ਹੁੰਦਾ ਹੈ ਬੇਹੱਦ ਖਾਸ। ਅਤੇ ਮੈਂ ਤੁਹਾਡਾ ਹੋਸਟ ਉਹਨਾਂ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਉਂਦਾ ਹਾਂ ਜਿਨ੍ਹਾਂ ਨੇ ਮੁਕਾਮ ਵੱਲ ਆਪਣਾ ਪਹਿਲਾ ਕਦਮ ਵਧਾਇਆ, ਅਤੇ ਉਸ ਸ਼ੋਅ ਦਾ ਨਾਮ ਹੈ ਜੀ ਫਸਟ ਲੁੱਕ। ਦੋਸਤੋ, ਫਸਟ ਲੁੱਕ ਦੇ ਵਿੱਚ ਜਿਸ ਕਲਾਕਾਰ ਨੂੰ ਅੱਜ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ, ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬੜਾ ਹੀ ਸ਼ਾਨਦਾਰ ਅਤੇ ਜਾਨਦਾਰ ਕਲਾਕਾਰ ਹੈ। ਸੋ ਵੈਲਕਮ ਕਰਦੇ ਹਾਂ ਜਸਕਰਨ ਸਿੱਧੂ ਦਾ। ਸਤਿ ਸ਼੍ਰੀ ਅਕਾਲ ਜਸਕਰਨ ਭਾਈ। ਸਤਿ ਸ਼੍ਰੀ ਅਕਾਲ ਜੀ ਮਨਤੀਸ਼ ਜੀ, ਸਵਾਗਤ ਹੈ ਤੁਹਾਡਾ ਫਸਟ ਲੁੱਕ ਦੇ ਵਿੱਚ। ਥੈਂਕ ਯੂ ਸੋ ਮਚ। ਕਿਆ ਬਾਤ ਹੈ ਬਾਈ ਜੀ, ਹੱਸਦਾ ਖੇਡਦਾ ਚਿਹਰਾ ਹੈ, ਰੂਹ ਖੁਸ਼ ਹੋ ਗਈ ਮੇਰੀ ਤਾਂ ਅੱਜ। ਬਾਈ ਗੱਲ ਇੱਦਾਂ ਨਾ, ਜਦੋਂ ਹੱਸਦਾ ਇਨਸਾਨ ਅੱਗੇ ਟੱਕਰਦਾ ਨਾ, ਫਿਰ ਵੇਖ ਕੇ ਖੁਸ਼ੀ ਤਾਂ ਹੁੰਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਐਂ ਹੀ ਹਾਸੇ ਖੇਡੇ ਬਣੇ ਰਹਿਣ ਬਾਈ ਇਹ। ਬਿਲਕੁਲ ਬਾਈ, ਤੁਸੀਂ ਹੈ ਨਾ ਮਤਲਬ ਗੀਤ ਗਾਈ ਜਾ ਰਹੇ ਹੋ, ਲੋਕਾਂ ਦੇ ਦਿਲਾਂ 'ਤੇ ਛਾਈ ਜਾ ਰਹੇ ਹੋ, ਸਰ ਲੋਕਾਂ ਦੇ ਦਿਲਾਂ 'ਤੇ ਛਾਣ ਦੀ ਸ਼ੁਰੂਆਤ ਇਹ ਕਦੋਂ ਹੋਈ? ਚਲੋ ਮੈਂ ਕੁਛ ਵੀ ਕਹਿਣ ਤੋਂ ਪਹਿਲਾਂ ਸਭ ਤੋਂ ਤਾਂ ਮੈਂ ਇਹ ਕਹੂੰਗਾ ਕਿ PTC ਦੀ ਸਾਰੀ ਟੀਮ ਅਤੇ ਇਸ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਸਾਰੀ ਆਡੀਅੰਸ ਆ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ, ਅਤੇ ਬਹੁਤ ਮੈਨੂੰ ਖੁਸ਼ੀ ਹੈ ਜੀ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਮੈਂ ਇੱਥੇ ਆਇਆ। ਬਿਲਕੁਲ ਭਾਈ, ਤੁਸੀਂ ਹੈਗੇ ਹੋ। ਤਾਂ ਬਾਕੀ ਜੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਕਿ ਜਦੋਂ ਆਪਾਂ ਛੋਟੇ ਹੁੰਦੇ ਹਾਂ ਉਦੋਂ ਕੁਛ ਨਾ ਕੁਛ ਬੰਦੇ ਦਾ ਪਤਾ ਲੱਗਦਾ ਵੀ ਉਸਨੇ ਕੀ ਕਰਨਾ। ਬਿਲਕੁਲ। ਅਤੇ ਉਹ ਸਕੂਲ ਦੇ ਵਿੱਚ ਫਿਰ ਇਹੋ ਜਿਹਾ ਮਾਹੌਲ ਬਣ ਜਾਣਾ, ਅਤੇ ਜਿਹੜੇ ਛੋਟੇ ਸੀ ਉਹਨਾਂ ਵੀਰਾ ਵੀਰਾ ਕਹਿ ਕੇ ਸੁਣ ਲੈਣਾ, ਜਿਹੜੇ ਤੁਹਾਡੇ ਵਾਂਗ ਥੋੜ੍ਹੇ ਤਗੜੇ ਸੀ ਉਹਨਾਂ ਦਬਕਾ ਮਾਰ ਕੇ, ਨਹੀਂ ਮੈਂ ਤਗੜਾ ਨਹੀਂ। ਅਤੇ ਬਸ ਫਿਰ ਇਸੇ ਤਰ੍ਹਾਂ ਹੀ ਸ਼ੌਂਕ ਦੇ ਵਿੱਚ ਇਹ ਚੀਜ਼ ਬਦਲਦੀ ਗਈ, ਅਤੇ ਪ੍ਰੋਫੈਸ਼ਨ ਬਣ ਗਿਆ। ਬਾਕੀ ਰੂਹਦਾਰੀ ਵੀ ਆ, ਜਾਂ ਮਤਲਬ ਸਾਈਡ ਹੋਈਏ ਤਾਂ ਵੀ ਗਾਣੇ, ਜੇ ਖੁਸ਼ੀ ਹੋਵੇ ਤਾਂ ਵੀ ਗਾਣੇ, ਬਸ ਜਦੋਂ ਯਾਰਾਂ ਦੋਸਤਾਂ ਦੀ ਮਹਿਫਲ ਇਸ ਤਰ੍ਹਾਂ ਚੱਲਦਾ ਜਾਂਦਾ ਜੀ। ਹਾਂਜੀ ਹਾਂਜੀ। ਕਦੇ ਇਹ ਨਹੀਂ ਮਾਇੰਡ 'ਚ ਆਇਆ ਕਿ ਯਾਰ ਨਹੀਂ ਆਪਾਂ ਗਾਇਕੀ ਨੂੰ ਛੱਡ ਕੋਈ ਹੋਰ ਕੰਮ ਕਰ ਲਈਏ? ਨਹੀਂ, ਵੇਖੋ ਇਨਸਾਨ ਕਾਮਯਾਬ ਹੋਣ ਵਾਸਤੇ ਤਾਂ ਕਾਫੀ ਹੱਥ ਮਾਰ ਪੈਰ ਮਾਰਦਾ ਨਾ, ਅਤੇ ਇਸੇ ਤਰ੍ਹਾਂ ਮੈਂ ਵੀ ਕਾਰੋਬਾਰ ਕਰੀ ਜਾਂਦਾ ਸੀ ਆਪਣੇ, ਜਿਸ ਤਰ੍ਹਾਂ ਪਰ ਜਿਸ ਤਰ੍ਹਾਂ ਮੇਰੀ ਇੱਕ ਸੂਈ ਜਿਹੜੀ ਨਾ ਉਹ ਬੰਦੇ ਦੀ ਟਿੱਕੀ ਹੁੰਦੀ ਹੈ, ਯਾਰ ਮੈਂ ਨਾ ਸਿੰਗਰ ਬਣਨਾ, ਮੈਂ ਸਿੰਗਿੰਗ ਕਰਨੀ ਆ, ਅਤੇ ਕਾਫੀ ਫਿਰ ਤੁਹਾਨੂੰ ਪਤਾ ਘਰੇਲੂ ਮੁਸ਼ਕਲਾਂ ਵੀ ਆਉਂਦੀਆਂ, ਪਰ ਆਪਾਂ ਜੂਝਦੇ ਰਹੇ ਫਿਰ ਮਤਲਬ ਹੈਰੀ ਸ਼ਰਨ ਮੇਰੇ ਉਸਤਾਦਾਂ ਦੀ ਗਿਣਤੀ ਦੇ ਵਿੱਚੋਂ ਨੇ, ਅੱਛਾ, ਸਟੂਡੀਓ ਦੇ ਵਿੱਚ ਅਸੀਂ ਬੈਠੇ ਸੀ, ਅਤੇ ਫਿਰ ਮੈਨੂੰ ਕਹਿੰਦੇ ਯਾਰ ਸਿੱਧੂ ਤੂੰ ਬੋਲਦਾ ਤਾਂ ਰਹਿੰਦਾ, ਅੱਜ ਤੇਰਾ ਇੱਕ ਟਰੈਕ ਕਰ ਦਿੰਦੇ ਹਾਂ। ਅੱਛਾ। ਤਾਂ ਉਹਨਾਂ ਨੇ ਫਿਰ ਕਿਹਾ ਵੀ ਚੱਲ ਹੁਣ ਤੇਰਾ ਅੱਜ ਨਾ ਟੈਸਟ ਲੈਂਦੇ ਹਾਂ। ਫਿਰ ਇੱਕ ਸੌਂਗ ਕਬਜ਼ਾ ਉਹਦਾ ਅਸੀਂ ਆਡੀਓ ਕੀਤਾ ਉੱਥੇ, ਅਤੇ ਆਪਣਾ ਬਾਈ ਰਾਣਾ ਸੰਧੂ ਆ ਕਾਫੀ ਸਪੋਰਟ ਕਰਦੇ ਆਪਾਂ ਨੂੰ, ਅਤੇ ਉਹਨਾਂ ਦੀ ਕੰਪਨੀ ਸੀ ਸੰਧੂ ਬੋਇਜ਼, ਅਤੇ ਉਹਨਾਂ ਨੇ ਉਹ ਆਡੀਓ ਰਿਲੀਜ਼ ਕਰ ਦਿੱਤਾ। ਬਿਲਕੁਲ। ਉੱਤੋਂ ਫਿਰ ਮੈਨੂੰ ਕਾਫੀ ਹੁੰਗਾਰਾ ਮਿਲਿਆ, ਅਤੇ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਹੁਣ ਤਾਂ ਛਾਲ ਮਾਰ ਦੇਣੀ ਚਾਹੀਦੀ। ਮਤਲਬ ਕਹਿੰਦਾ ਸੀ ਕਬਜ਼ੇ ਤੋਂ ਤੁਹਾਡੀ ਸ਼ੁਰੂਆਤ ਹੋ ਚੁੱਕੀ ਸੀ। ਹਾਂ, ਕਬਜ਼ੇ ਤੋਂ ਲੋਕਾਂ ਦੀ ਜਰਾ ਛਾਨ ਦੀ। ਹਾਂਜੀ ਹਾਂਜੀ ਭਾਈ, ਫਿਰ ਕਬਜ਼ੇ ਦੀ ਗੱਲ ਆਹੀ ਕਿ ਤੇ ਕਬਜ਼ਾ ਸੁਣਾਈ ਦੋ। ਨੀ ਪਿਆਰ ਤੇਰਾ ਮੇਰਾ ਦੁਨੀਆ ਨੂੰ ਰੜਕੇ, ਮੈਂ ਰੱਖਾਂ ਡੱਬ ਵਿੱਚ ਮੈਗਨਮ ਭਰ ਕੇ, ਤੂੰ ਤਾਂ ਐਵੇਂ ਘਬਰਾਉਂਦੀ ਬੱਲੀਏ, ਨੀ ਤੂੰ ਰੌਲੇ ਦੀ ਜ਼ਮੀਨ ਵਰਗੀ, ਸਾਡਾ ਕਬਜ਼ਾ ਤੇਰੇ ਤੇ ਬੱਲੀਏ, ਨੀ ਤੂੰ ਰੌਲੇ ਦੀ ਜ਼ਮੀਨ ਵਰਗੀ, ਸਾਡਾ ਕਬਜ਼ਾ ਤੇਰੇ ਤੇ ਬੱਲੀਏ। ਕਿਆ ਬਾਤ ਹੈ, ਕਿਆ ਬਾਤ ਹੈ ਭਾਈ। ਜਦ ਸਿੰਗਿੰਗ ਲਾਈਨ ਦੇ ਵਿੱਚ ਆਉਣਾ ਸੀਗਾ, ਪ੍ਰੋਫੈਸ਼ਨਲੀ ਇੱਥੇ ਆਉਣਾ ਸੀਗਾ, ਮਾਇੰਡ 'ਚ ਇਹ ਨਹੀਂ ਆਇਆ ਕਿ ਮੈਂ ਯਾਰ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਲਵਾਂ, ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਸਟੂਡੀਓ 'ਚ ਬੈਠੇ ਸੀਗੇ ਅਤੇ ਅਚਾਨਚਕ ਹੀ ਪ੍ਰੋਗਰਾਮ ਬਣਿਆ, ਗਾਣਾ ਰਿਕਾਰਡ ਕਰਤਾ? ਨਹੀਂ ਨਹੀਂ, ਮਤਲਬ ਇਹ ਨਹੀਂ ਸੀਗਾ, ਟ੍ਰੇਨਿੰਗ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਆਪਾਂ ਛੋਟੇ ਹੁੰਦਿਆਂ ਤੋਂ ਇੱਕ ਬੰਦੇ ਦਾ ਨਿਸ਼ਚਾ ਹੋ ਜਾਂਦਾ ਮੈਂ ਸਿੱਖਣੀ ਚੀਜ਼ ਹੈ, ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹੈਰੀ ਸ਼ਰਨ ਜੋ ਮੇਰੇ ਉਸਤਾਦਾਂ ਦੀ ਗਿਣਤੀ 'ਚੋਂ, ਮੈਂ ਉਹਨਾਂ ਦੇ ਕੋਲੋਂ ਬਰੀਕੀਆਂ ਸਿੱਖਦਾ। ਅੱਛਾ। ਉਹ ਜੋ ਵੀ ਮੈਂ ਮਿਊਜ਼ਿਕ ਦਾ ਅੱਜ ਜੋ ਵੀ ਹਾਂ ਇੱਥੇ ਤੁਹਾਡੇ ਕੋਲ ਬੈਠਾ ਵਾਂ ਆ ਕੇ, ਬਸ ਉਹਨਾਂ ਦੀ ਬਦੌਲਤ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਦੱਸਿਆ ਮੈਨੂੰ, ਹੈਲਪ ਕੀਤੀ। ਬਟ ਮੈਨੂੰ ਫਿਰ ਜਦੋਂ ਉਹਨਾਂ ਨੇ ਟਰੈਕ ਕਰਦੇ ਸੀ ਕਾਫੀ, ਉਹ ਫਿਰ ਮੈਨੂੰ ਕਹਿੰਦੇ ਵੀ ਜੇ ਤਾਂ ਤੁਸੀਂ ਕਰਨਾ ਤਾਂ ਦੇਖੋ ਟਰਾਈ ਕਰਕੇ। ਹਾਂਜੀ। ਉਹ ਫਿਰ ਟਰਾਈ ਕਰਦਿਆਂ ਕਰਦਿਆਂ ਫਿਰ ਉਦੋਂ ਅਸੀਂ ਕਬਜ਼ਾ ਸੌਂਗ ਦਾ ਕਰਨਾ ਸੀਗਾ ਵੀਡੀਓ, ਪਰ ਅਸੀਂ ਨਾ ਉਦੋਂ ਇੱਕ ਮਾਹੌਲ ਚੱਲਿਆ ਤੁਹਾਨੂੰ ਪਤਾ, ਥੋੜ੍ਹਾ ਲੋਕ ਹਥਿਆਰਾਂ ਦੇ ਪਾਸੇ ਆਪੋਜਿਟ ਹੋ ਗਏ, ਫਿਰ ਮੈਂ ਵੀ ਇਹ ਸੋਚਿਆ ਵੀ ਨਹੀਂ ਕੋਈ ਗੱਲ ਨਹੀਂ ਅੱਗੇ ਜਾ ਕੇ ਆਪਾਂ ਹੋਰ ਵਧੀਆ ਕਰ ਲਾਂਗੇ। ਬਿਲਕੁਲ ਭਾਜੀ, ਆਪਾਂ ਨਾ ਤੁਹਾਡੀ ਗਾਇਕੀ ਵੱਲ ਹੀ ਆਉਂਦੇ ਹੈਗੇ ਹਾਂ। ਹਾਂਜੀ। ਤੁਹਾਡੇ ਲਈ ਤੁਹਾਡੀ ਗਾਇਕੀ ਜਿਹੜੀ ਇੱਕ ਲਾਈਨ ਦੇ ਡਿਸਕ੍ਰਾਈਬ ਕਰਨਾ ਪਵੇ, ਉਹ ਕੀ ਹੈ? ਵੇਖੋ ਜੀ, ਗਾਇਕੀ ਤਾਂ ਰੂਹਦਾਰੀ ਵੀ ਹੈ, ਸ਼ੌਂਕ ਵੀ ਹੈ, ਪ੍ਰੋਫੈਸ਼ਨ ਵੀ ਹੈ, ਸਭ ਕੁਝ ਹੈ, ਸਭ ਕੁਝ ਹੀ ਹੈ। ਕਿਆ ਬਾਤ ਹੈਗੀ, ਅਤੇ ਖੁਸ਼ੀ ਮਿਲਦੀ ਹੈ, ਖੁਸ਼ੀ ਮਿਲਦੀ ਹੈਗੀ ਹੈ। ਹਾਂਜੀ। ਅਤੇ ਪੇਰੈਂਟਸ ਦਾ ਹੁਣ ਕੀ ਸਪੋਰਟ ਹੈਗਾ? ਸਭ ਤੋਂ ਸਪੋਰਟ ਤਾਂ ਪੇਰੈਂਟਸ ਦੀ ਹੁੰਦੀ ਹੈ, ਅਤੇ ਚਲੋ ਮੈਨੂੰ ਜਿਸ ਤਰ੍ਹਾਂ ਚਲੋ ਜਿਹੜੀ ਮੇਨ ਸਪੋਰਟ ਸੀ ਉਹ, ਅਤੇ ਮੈਨੂੰ ਕਈ ਵਾਰ ਕਿਸੇ ਨੇ ਸਵਾਲ ਕੀਤਾ ਕਿ ਹਾਂ ਤੁਸੀਂ ਸਿੱਧੂ ਸਾਹਿਬ ਕਿਉਂ ਅੱਜ ਤੱਕ ਸਟਾਰ ਕਿਉਂ ਨਹੀਂ ਬਣੇ, ਤਾਂ ਮੇਰਾ ਤਾਂ ਬਾਈ ਜੀ ਇੱਕ ਹੀ ਜਵਾਬ ਹੁੰਦਾ ਕਿ ਮੇਰੇ ਫਾਦਰ ਸਾਹਿਬ ਨਹੀਂ ਸਨ। ਅੱਛਾ। ਤੋ ਛੋਟੇ ਪੜ੍ਹਦੇ ਸੀ ਅਸੀਂ ਤਾਂ ਉਹਨਾਂ ਦਾ ਸਾਇਆ ਸਾਡੇ ਸਿਰ ਤੋਂ ਉੱਠ ਗਿਆ, ਉਹਦੇ ਕਰਕੇ ਫਿਰ ਕਾਫੀ ਜੂਝਣਾ ਪਿਆ ਮੈਨੂੰ ਇਹਨਾਂ ਮੁਸ਼ਕਲਾਂ ਦੇ ਨਾਲ, ਪਰ
ਮਾਵਾਂ ਦੀਆਂ ਸੀਸਾਂ ਕਦੇ ਖਾਲੀ ਨਹੀਂ ਜਾਂਦੀਆਂ। ਬਿਲਕੁਲ। ਅਤੇ ਪੇਰੈਂਟਸ ਜਿਹੜੇ ਸੀ ਉਹਨਾਂ ਨੇ ਕਾਫੀ ਅਰਦਾਸਾਂ ਕੀਤੀਆਂ, ਮੇਰੀ ਫੈਮਿਲੀ ਆ, ਵਾਈਫ ਆ, ਮੇਰਾ ਬੱਚਾ, ਜਦੋਂ ਹੱਥ ਜੋੜਦੇ ਵੀ ਸਾਡਾ ਮਤਲਬ ਇਸ ਕੰਮ ਨੂੰ ਜਿਹੜਾ ਵਾ ਨਾ ਇਹਨੂੰ ਮਹਾਰਾਜ ਚੱਕ ਸਾਡੇ ਕੰਮ ਨੂੰ, ਹੈ ਨਾ, ਅਤੇ ਅਸੀਂ ਕਾਮਯਾਬ ਹੋਈਏ। ਤਾਂ ਫਿਰ ਉਹ ਸਾਰੇ ਭਰਾ ਯਾਰ ਦੋਸਤ ਸਾਰਿਆਂ ਦੀ ਸਪੋਰਟ ਦੇ ਨਾਲ ਫਿਰ ਇਹ ਸਾਰਾ ਕੁਛ ਹੋਇਆ। ਭਾਈ ਜਿਹੜਾ ਤੁਹਾਡਾ ਉਹ ਪੀਰੀਅਡ ਸੀਗਾ, ਤੁਸੀਂ ਦੱਸ ਰਹੇ ਹੋ ਸਟਰਗਲ ਵਾਲਾ ਪੀਰੀਅਡ ਸੀਗਾ, ਉਸ ਦੇ ਵਿੱਚ ਕੋਈ ਇਹੋ ਜਿਹਾ ਮੂਮੈਂਟ ਜਿਸ ਨੇ ਤੁਹਾਨੂੰ ਮਤਲਬ ਡਿੱਗੇ ਨੂੰ ਖੜਾ ਕਰ ਦਿੱਤਾ ਹੋਵੇ? ਮੂਮੈਂਟ ਇਸ ਤਰ੍ਹਾਂ ਸੀਗਾ ਕਿ ਮੈਂ ਕਿਸੇ ਵੇਲੇ ਹੌਸਲਾ ਢਾਹ ਵੀ ਲੈਂਦਾ ਇਨਸਾਨ, ਹਾਂ, ਮੈਂ ਵੀ ਹਾਰ ਜੀ ਮੰਨ ਕੇ ਬੈਠ ਗਿਆ। ਤੋ ਕੁਛ ਨਾ ਇਸ ਤਰ੍ਹਾਂ ਮਤਲਬ ਇੱਕ ਅਸੀਂ ਸੀਰੀਅਲ ਵੇਖ ਰਹੇ ਸੀ ਅਤੇ ਉਹਦੇ ਵਿੱਚ ਨਾ ਬੰਦਾ ਸੌਰੀ ਉਹ ਇੱਕ ਜਾਨਵਰ ਕੀੜਾ ਜਿਸ ਨੂੰ ਕਿੰਨਾ ਤਾਂ ਚੜ੍ਹਦਾ ਤਾਂ ਚੜ੍ਹਦਾ ਡਿੱਗਦਾ ਤਾਂ ਚੜ੍ਹਦਾ ਡਿੱਗਦਾ, ਉਹ ਅਖੀਰ ਉਹ ਕਾਮਯਾਬ ਹੋ ਗਿਆ। ਤੋ ਫਿਰ ਮੇਰੇ ਮਨ ਦੇ ਵਿੱਚ ਇਹ ਵੀ ਨਹੀਂ ਆਪਾਂ ਕੋਸ਼ਿਸ਼ ਕਰੀਏ ਤਾਂ ਸਭ ਕੁਛ ਪੋਸੀਬਲ ਹੈ। ਪੋਸੀਬਲ ਹੈਗਾ, ਹਾਂਜੀ। ਭਾਈ ਹੁਣ ਆਪਾਂ ਤੁਸੀਂ ਗਾਣੇ ਦੀ ਗੱਲ ਕੀਤੀ, ਪਹਿਲਾਂ ਤੁਸੀਂ ਉਹ ਕਬਜ਼ਾ ਕੀਤਾ, ਹਾਂਜੀ, ਉਦੋਂ ਬਾਅਦ ਵੀ ਤੁਹਾਡੇ ਟਰੈਕ ਆਏ, ਹਾਂਜੀ, ਜਿਹੜੇ ਟਰੈਕ ਕੀਤੇ ਮਤਲਬ ਉਹ ਤੁਹਾਡੇ ਮਾਈਂਡ 'ਚ ਨਹੀਂ ਆਇਆ ਕਿ ਇਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਮਤਲਬ ਸਾਹਮਣੇ ਲਿਆਂਦਾ ਜਾਵੇ? ਹਾਂ, ਫਿਰ ਮੈਂ ਗੱਲ ਕੀਤੀ ਭਾਅ ਜੀ ਉਹਨਾਂ ਨਾਲ, ਫਿਰ ਮੇਰਾ ਉੱਥੇ ਜਿਸ ਤਰ੍ਹਾਂ ਜਿੰਦਸ ਭਾਅ ਜੀ ਨੇ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ, ਉੱਥੇ ਸਟੂਡੀਓ ਬੈਠੇ, ਫਿਰ ਇਹਨਾਂ ਦੇ ਨਾਲ ਵੀਡੀਓ ਦੀ ਗੱਲ ਚੱਲੀ, ਅਤੇ ਬਾਕੀ ਫਿਰ ਹਰਿੰਦਰ ਸੋਹਲ ਉਹਨਾਂ ਨੇ ਮਿਊਜ਼ਿਕ ਕੀਤਾ, ਫਿਰ ਇਹਨਾਂ ਦੇ ਨਾਲ ਗੱਲਬਾਤ ਚੱਲੀ ਅਤੇ ਵੀਡੀਓ ਹੋਈ, ਫਿਰ ਸਾਡਾ ਸਫ਼ਰ ਸ਼ੁਰੂ ਹੋ ਗਿਆ। ਅੱਛਾ। ਅਤੇ ਖੁਸ਼ਖਬਰੀ ਫਿਰ ਮੇਰੇ ਵਾਸਤੇ ਇਹ ਸੀਗੀ, ਜਦੋਂ ਮੈਂ ਬੈਠਾ ਸੀ ਤਾਂ ਮੈਨੂੰ ਜਦੋਂ ਫੋਨ ਗਿਆ ਕਿ ਤੁਹਾਡੀ ਇੰਟਰਵਿਊ ਆ ਪੀ ਟੀ ਸੀ ਦੇ ਉੱਪਰ, ਮੈਂ ਸੋਚਿਆ ਨਹੀਂ ਸੀ ਐਡਾ ਤਕੜਾ ਸਰਪ੍ਰਾਈਜ਼ ਮੈਨੂੰ ਮਿਲਣ ਵਾਲਾ, ਅਤੇ ਇਹ ਬਸ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਭਾਈ। ਹੈ ਨਾ, ਤੁਹਾਡੇ ਚਿਹਰੇ ਤੋਂ ਮਤਲਬ ਇੱਕ ਸਾਦਗੀ ਝਲਕਦੀ ਹੈਗੀ ਹੈ ਪੂਰੀ, ਇੱਕ ਸਾਦਾ ਬੰਦਾ ਲੱਗਦਾ, ਸੱਚਾ ਬੰਦਾ ਲੱਗਦਾ ਹੈਗਾ। ਅਤੇ ਕਿਉਂਕਿ ਜਦੋਂ ਆਪਾਂ ਚੰਗੀ ਸੋਚ ਨਾਲ ਕੋਈ ਕੰਮ ਕਰਦੇ ਹਾਂ, ਰਿਜ਼ਲਟ ਚੰਗਾ ਮਿਲ, ਤੁਹਾਨੂੰ ਮਿਲਿਆ ਵੀ ਹੈਗਾ, ਪਰ ਉਸ ਰਿਜ਼ਲਟ ਤੋਂ ਬਾਅਦ ਤੁਹਾਡੀ ਫੈਮਿਲੀ ਦਾ, ਤੁਹਾਡੀ ਵਾਈਫ ਦਾ, ਬੱਚਿਆਂ ਦਾ, ਉਹਨਾਂ ਦਾ ਰਿਸਪੋਂਸ ਕਿੱਦਾਂ ਰਿਹਾ? ਜਦੋਂ ਵੇਖੋ ਕਾਮਯਾਬੀ ਅਤੇ ਨਾਕਾਮਯਾਬੀ ਜਿਹੜੀ ਹੈ ਨਾ ਇਹ ਇੱਕ ਦੋ ਮਹੱਤਵਪੂਰਨ ਅੰਗ ਹੈ। ਹਾਂ, ਤਾਂ ਮੈਂ ਤਾਂ ਇਹੋ ਕਹੂੰਗਾ ਵੀ ਕਦੇ ਆਪਾਂ ਨੂੰ ਦਿਲ ਨਹੀਂ ਛੱਡਣਾ ਚਾਹੀਦਾ। ਅਤੇ ਫੈਮਿਲੀ ਦਾ ਰੋਲ ਇਹ ਹੁੰਦਾ ਸੀਗਾ ਕਿ ਜੇ ਮੈਂ ਨਰਵਸ ਵੀ ਸੀਗਾ ਅਤੇ ਉਹਨਾਂ ਨੇ ਮੈਨੂੰ ਸਪੋਰਟ ਕੀਤਾ, ਬੂਸਟ ਅਪ ਕਰਦੇ ਸੀ। ਅਤੇ ਜਦੋਂ ਗਾਣੇ ਤੋਂ ਬਾਅਦ ਉਹਨਾਂ ਦਾ ਕਿੱਦਾਂ ਰਿਐਕਸ਼ਨ ਰਿਹਾ? ਵਧੀਆ ਰਿਹਾ, ਮੇਰੇ ਨਾਲੋਂ ਖੁਸ਼ੀ ਉਹਨਾਂ ਨੂੰ ਜ਼ਿਆਦਾ। ਹਾਂ, ਮੇਰੇ ਨਾਲੋਂ ਉਹਨਾਂ ਨੂੰ ਜ਼ਿਆਦਾ ਖੁਸ਼ੀ, ਕਿਉਂਕਿ ਫਿਰ ਉਹਨਾਂ ਨੂੰ ਦੇਖ ਹੀ ਰਹੇ ਸੀ ਵੀ ਕਾਫੀ ਚਿਰ ਤੋਂ ਮਤਲਬ ਲਾਈਨ 'ਚ ਲੱਗੀਆਂ ਹਨ, ਫਿਰ ਮੇਰੇ ਨਾਲ ਨਾਲ ਉਹਨਾਂ ਦੇ ਵੀ ਚਿਹਰਿਆਂ ਦੇ ਉੱਤੇ ਬਿਲਕੁਲ ਨੁਹਾਰ ਆਈ ਖੁਸ਼ੀ ਦੀ। ਹਾਂ, ਅਤੇ ਅੱਜ ਵੀ ਆਪਾਂ ਜਦੋਂ ਪੇਰੈਂਟਸ ਮਿਲਦੇ ਮੈਨੂੰ ਸਾਰੇ ਮੇਰੇ ਯਾਰ ਦੋਸਤ ਅਤੇ ਉਹ ਵਧੀਆ ਖੁਸ਼ੀ ਮਹਿਸੂਸ ਕਰਦੇ ਆ ਵੀ ਹਾਂ ਬਈ ਸਿੱਧੂ ਕਿਆ ਬਾਤ ਹੈ ਯਾਰ, ਹੁਣ ਆਪਾਂ ਕਾਮਯਾਬ ਹੋ ਗਏ। ਜਸਕਰਨ ਭਾਈ, ਬ੍ਰੇਕ ਦਾ ਟਾਈਮ ਹੋ ਰਿਹਾ, ਪਰ ਬ੍ਰੇਕ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਆਪਦੇ ਕਿਸੇ ਵੀ ਫੇਵਰਟ ਸਿੰਗਰ ਦਾ ਕੋਈ ਵੀ ਗਾਣਾ ਦੋ ਲੈਣਾ ਸੁਣਾ ਦਿਓ ਤਾਂ। ਕੀ ਐਸ ਮੱਖਣ, ਬਿਲਕੁਲ, ਹਰਭਜਨ ਮਾਨ, ਇਹਨਾਂ ਦਾ ਮੈਂ ਬਹੁਤ ਫੈਨ ਹਾਂ ਭਾਈ। ਦੋਨਾਂ ਦਾ ਜਿਹਦਾ ਮਰਜ਼ੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਗਾਣਾ ਉਹ ਸੁਣਾ ਦਿਓ। ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਚ ਮੇਲੇ, ਆ ਸੋਹਣਿਆ ਵੇ ਜੱਗ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ। ਕਿਆ ਬਾਤ ਹੈ, ਸਭ ਬ੍ਰੇਕ ਲੈ ਲਈ ਭਾਈ ਜੀ? ਬਿਲਕੁਲ ਜੀ। ਸੋ ਦੋਸਤੋ, ਸਮਾਂ ਹੋ ਗਿਆ ਬ੍ਰੇਕ ਦਾ, ਤੁਸੀਂ ਕਿਤੇ ਨਾ ਜਾਣਾ, ਆਪਾਂ ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਫਸਟ ਲੁੱਕ ਦੇ ਵਿੱਚ, ਔਰ ਮੇਰੇ ਨਾਲ ਮੌਜੂਦ ਹੈ ਜਸਕਰਨ ਸਿੱਧੂ ਬਾਈ ਜੀ। ਅਤੇ ਆਓ ਜੀ ਫਿਰ ਗੱਲਾਂ ਕਰਦੇ ਹਾਂ ਲੇਟੈਸਟ ਟਰੈਕ ਬਾਰੇ ਜਿਸਦਾ ਨਾਮ ਹੈ ਜ਼ੁਲਫਾਂ ਦੇ ਨਾਗ। ਬਾਈ, ਇਹ ਜ਼ੁਲਫਾਂ ਦੇ ਨਾਗ ਨੇ ਡੰਗ ਲਿਆ ਜੋ ਇਹ ਗਾਣਾ ਕਰਨਾ ਪਿਆ? ਮੈਂ ਨਾ ਇੱਕ ਚੀਜ਼ ਤੁਹਾਨੂੰ ਦੱਸਣੀ ਭੁੱਲ ਗਿਆ ਕਿ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਨਾ, ਫਿਰ ਉਹਦੇ ਨਾਲ ਲਿਖਣ ਦਾ ਵੀ ਇੱਕ ਸ਼ੌਂਕ ਸੀਗਾ। ਅੱਛਾ। ਅਤੇ ਉਹ ਫਿਰ ਮਤਲਬ ਤੁਹਾਨੂੰ ਪਤਾ ਜਦੋਂ ਬੰਦਾ ਫਰੈਸ਼ ਮਾਈਂਡ ਹੋਵੇ ਕੁਛ ਨਾ ਕੁਛ ਤਾਂ ਸੋਚਦਾ ਰਹਿੰਦਾ। ਬਿਲਕੁਲ ਬਿਲਕੁਲ। ਅਤੇ ਮਤਲਬ ਨਾਗ ਗਾਣੇ ਕਾਫੀ ਇਹਨਾਂ ਨਾਗ ਜਾਂ ਨਾਗਣੀ, ਮੈਂ ਇੱਕ ਦਿਨ ਸੋਚਿਆ ਮੈਂ ਕਿਹਾ ਵੀ ਯਾਰ ਆਪਾਂ ਕਿਉਂ ਨਾ ਕੁਝ ਇਸ ਤਰ੍ਹਾਂ ਦਾ ਲਿਖੀਏ। ਮੇਰੇ ਨਾ ਇੱਕ ਤਰ੍ਹਾਂ ਹੀ ਬਸ ਮਨ ਦੇ ਵਿੱਚ ਇਸ ਤਰ੍ਹਾਂ ਬੋਲਦਿਆਂ ਬੋਲਦਿਆਂ ਮੇਰੇ ਨਾ ਦਿਮਾਗ ਦੇ ਵਿੱਚ ਗੱਲ ਆ ਗਈ, ਹਾਏ ਨੀ ਜਦੋਂ ਜੁਲਫਾਂ ਦੇ ਨਾਗ ਤੇਰੇ ਡੰਗਿਆ ਨੀ, ਅਸੀਂ ਪਾਣੀ ਵੀ ਨਾ ਮੰਗਿਆ। ਉਹ ਫਿਰ ਇੱਦਾਂ ਤੁਹਾਡੇ ਵਰਗੇ ਦੋਸਤ ਸੀਗੇ, ਉਹ ਜਦੋਂ ਇਹ ਗੱਲ ਸ਼ੇਅਰ ਹੋਈ ਤਾਂ ਉਹ ਕਹਿੰਦੇ ਯਾਰ ਹੁੱਕ ਲਾਈਨ ਬਹੁਤ ਚੰਗੀ ਆ। ਅੱਛਾ। ਉਹ ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਗਾਣਾ ਬਣ ਗਿਆ। ਕਿਆ ਬਾਤ ਹੈ, ਤੁਸੀਂ ਆਪ ਹੀ ਲਿਖਿਆ ਗਾਣਾ? ਹਾਂਜੀ ਹਾਂਜੀ। ਕਿਆ ਬਾਤ ਹੈ। ਅੱਛਾ। ਤੋ ਫਿਰ ਉਹ ਫਿਰ ਮਤਲਬ ਸਟਾਰਟਿੰਗ ਹੀ ਇੱਥੋਂ ਕਰ ਦਿੱਤੀ ਅਤੇ ਬਸ ਇਸੇ ਤਰ੍ਹਾਂ ਸਰਕਲ ਦੇ ਵਿੱਚ ਪੈਂਦਿਆਂ ਪੈਂਦਿਆਂ ਗਾਉਣ ਦੇ ਨਾਲ ਫਿਰ ਲਿਖਣ ਦਾ ਵੀ ਜਿਹੜਾ ਸ਼ੌਂਕ ਉਹ ਵੀ ਨੇਪਰੇ ਚੜ੍ਹਦਾ ਉਹ ਵੀ ਆ ਰਿਹਾ ਹੈ ਨਾ। ਹਾਂਜੀ ਹਾਂਜੀ। ਭਾਈ, ਐਜ਼ ਏ ਰਾਈਟਰ ਤੁਸੀਂ ਕੀ ਪਸੰਦ ਕਰਦੇ ਹੋ, ਕੋਈ
ਕਿਸ ਤਰ੍ਹਾਂ ਦੇ ਜ਼ੋਨਰ ਦੇ ਕਿਸ ਜ਼ੋਨਰ ਦੇ ਗੀਤ ਜਾਂ ਕਵਿਤਾ ਲਿਖਣਾ ਪਸੰਦ ਕਰਦੇ? ਇੱਕ ਤਾਂ ਆਪਾਂ ਕਹਿ ਦਿੰਦੇ ਹਾਂ ਰੂਹਦਾਰੀ, ਅੱਛਾ, ਉਹ ਵੀ ਬਹੁਤ ਵਧੀਆ। ਹਕੀਕਤ ਨੂੰ ਜੇਕਰ ਆਪਾਂ ਸਮਝੀਏ ਨਾ ਤਾਂ ਹਕੀਕਤ ਲਿਖਣੀ ਚਾਹੀਦੀ ਹੈ, ਬਿਲਕੁਲ ਹਕੀਕਤ ਗਾਉਣੀ ਚਾਹੀਦੀ ਹੈ, ਅਤੇ ਉਹਦੇ ਨਾਲ ਕੁਛ ਫਨੀ ਚੀਜ਼ਾਂ ਵੀ ਵਧੀਆ ਲੱਗਦੀਆਂ ਨੇ। ਅਤੇ ਮੈਨੂੰ ਜਿਹੜੀ ਚੀਜ਼ ਦਿਲ ਨੂੰ ਲੱਗ ਜਾਂਦੀ ਮੈਨੂੰ ਵਧੀਆ ਲੱਗਦੀ ਉਹ, ਵੀ ਹਾਂ ਯਾਰ ਆ ਵਧੀਆ। ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀ, ਮੈਨੂੰ ਮਾਨ ਸਾਹਿਬ ਜਾਂ ਮੱਖਣ ਭਾਜੀ, ਹਾਂਜੀ, ਉਹਨਾਂ ਨੂੰ ਮੈਂ ਬਹੁਤ ਲਾਈਕ ਕਰਦਾ। ਅਤੇ ਹਾਂ ਇਹ ਆ ਵੀ ਬਈ ਦੇਸੀ ਜੇ ਬੰਦੇ ਜ਼ਿਆਦਾ ਸਾਡੇ ਕੋਲ ਡੰਗਿਆਈ 'ਚ ਨਹੀਂ ਜਾਇਆ ਜਾਂਦਾ ਬਸ, ਪਰ ਜਿੰਨਾ ਲਿਖੀਦਾ ਦਿਲੋਂ ਲਿਖੀਦਾ, ਜਿੰਨਾ ਲਿਖੀਦਾ। ਭਾਜੀ ਤੁਹਾਡੇ ਮਤਲਬ ਇਸ ਗਾਣੇ ਤੋਂ ਪਹਿਲਾਂ ਡਿਫਰੈਂਟ ਡਿਫਰੈਂਟ ਜ਼ੋਨਰ ਦੇ ਗਾਣੇ ਆਏ, ਹਾਂਜੀ, ਇਹ ਵੀ ਡਿਫਰੈਂਟ ਸੀਗਾ, ਤੁਹਾਡਾ ਅੱਗੇ ਵੀ ਇਹੀ ਪਲਾਨ ਹੈ ਕਿ ਐਕਸਪੈਰੀਮੈਂਟ ਕਰਨਾ ਕੋਈ? ਐਕਸਪੈਰੀਮੈਂਟ ਦਾ ਇਹ ਹੁੰਦਾ ਵਾ ਵੀ ਆਪਾਂ ਜਦੋਂ ਦੇਖਦੇ ਹਾਂ ਵੀ ਆਹ ਚੀਜ਼ ਮੈਂ ਕੀਤੀ ਆ ਮੈਨੂੰ ਸਰੋਤਿਆਂ ਦਾ ਕੀ ਰਿਸਪੋਂਸ ਮਿਲਿਆ, ਹੁਣ ਮੈਂ ਅੱਗੇ ਇਹੋ ਕੋਸ਼ਿਸ਼ ਕਰੂੰਗਾ ਕਿ ਇਸ ਟੇਸਟ ਨੂੰ ਥੋੜ੍ਹਾ ਚੇਂਜ ਕੀਤਾ ਜਾਵੇ, ਚੇਂਜ ਕੀਤਾ ਜਾਵੇ, ਬਿਲਕੁਲ, ਠੀਕ ਹੈ ਨਾ। ਅਤੇ ਫਿਰ ਹਰ ਇੱਕ ਚੀਜ਼ ਹੁਣ ਪਿੱਛੇ ਮੇਰਾ ਮਤਲਬ ਇੱਕ ਸੋਸ਼ਲ ਮੀਡੀਆ 'ਤੇ ਪੁੱਤ ਪ੍ਰਦੇਸੀ ਆ, ਪ੍ਰਦੇਸਾਂ ਵਾਸਤੇ ਸੀਗਾ ਉਹ ਗਾਣਾ, ਅਤੇ ਉਹ ਵੀ ਬਹੁਤ ਸਰੋਤਿਆਂ ਨੇ ਲਾਈਕ ਕੀਤਾ ਸੀਗਾ। ਅਤੇ ਇਸੇ ਤਰ੍ਹਾਂ ਹੀ ਆਪਾਂ ਟੇਸਟ ਬਦਲ ਬਦਲ ਕੇ ਲਿਆਉਂਦੇ ਰਹਾਂਗੇ। ਹਾਂ ਬਾਕੀ ਜਿਹੜਾ ਟੇਸਟ ਸਰੋਤਿਆਂ ਨੂੰ ਚੰਗਾ ਲੱਗਾ, ਆਡੀਅੰਸ ਨੂੰ ਚੰਗਾ ਲੱਗਿਆ ਉਹਨੂੰ ਫਿਰ ਆਪਾਂ। ਭਾਈ ਗਾਣੇ ਦੀ ਵੀਡੀਓ ਵੀ ਬਹੁਤ ਸੋਹਣੀ ਹੈਗੀ ਆ, ਸੋ ਵੀਡੀਓ ਦਾ ਸਾਰਾ ਕ੍ਰੈਡਿਟ ਕਿਸ ਨੂੰ ਜਾਂਦਾ ਹੈਗਾ? ਵੇਖੋ ਜੀ, ਵੀਡੀਓ ਦਾ ਕ੍ਰੈਡਿਟ ਤਾਂ ਜਿੰਦ ਭਾਜੀ ਉਹਨਾਂ ਦੀ ਸਾਰੀ ਟੀਮ ਨੂੰ ਜਾਂਦਾ ਜੀ। ਮੈਂ ਤੁਹਾਡਾ ਇਨਪੁੱਟ ਰਿਹਾ ਉਹਦੇ ਵਿੱਚ, ਤੁਹਾਨੂੰ ਲੱਗਦਾ ਲੱਗਿਆ ਹੋਵੇ ਕਿਸੇ ਟਾਈਮ 'ਤੇ ਵੀ ਵੀਡੀਓ ਦੇ ਵਿੱਚ ਆਹ ਚੇਂਜ ਕਰਨਾ ਚਾਹੀਦਾ, ਤੁਸੀਂ ਕਿਹਾ ਵੀ ਨਹੀਂ ਯਾਰ ਇੱਦਾਂ ਨੂੰ ਇਹਨੂੰ ਇਸ ਚੀਜ਼ ਨੂੰ ਇੱਦਾਂ ਕਰ ਲਓ? ਨਹੀਂ ਦੇਖੋ ਕੋਈ ਵੀ ਜਿਸ ਤਰ੍ਹਾਂ ਮੈਂ ਜਦੋਂ ਮੈਂ ਗੀਤ ਲਿਖਦਾ ਨਾ ਮੈਨੂੰ ਰਾਏ 'ਤੇ ਮੈਂ ਲੈ ਲੈਂਦਾ, ਪਰ ਮੈਨੂੰ ਜੋ ਚੰਗਾ ਲੱਗਦਾ ਮੈਂ ਉਹਦੇ ਵਿੱਚ ਸੈੱਟ ਕਰਨ ਦੀ ਕੋਸ਼ਿਸ਼ ਕਰਦਾ ਵੀ ਆਹ ਚੀਜ਼ ਬੈਟਰ ਆ, ਪਰ ਵਿਊ ਵੀ ਲੈਣਾ ਪੈਂਦਾ। ਅਤੇ ਸਾਡੇ ਕੋਲ ਵਿਊ ਭਾਜੀ ਲੈਂਦੇ ਆ ਪਰ ਸਾਨੂੰ ਕਦੀ ਲੱਗਿਆ ਹੀ ਨਹੀਂ, ਕਿਉਂਕਿ ਉਹ ਖੁਦ ਵਧੀਆ ਡਾਇਰੈਕਟਰ ਨੇ ਅਤੇ ਮੇਰਾ ਖਿਆਲ ਆ PTC ਨਾਲ ਉਹਨਾਂ ਦੀ ਕਾਫੀ ਪੁਰਾਣੀ ਸਾਂਝ ਆ। ਅੱਛਾ, ਅਤੇ ਇਸ ਕਰਕੇ ਮੈਂ ਨਹੀਂ ਸਮਝਿਆ, ਜ਼ਰੂਰੀ ਨਹੀਂ ਸਮਝਿਆ ਵੀ ਆਪਾਂ ਉਹਨਾਂ ਦੇ ਟੇਸਟ ਨੂੰ ਵਿੱਚ ਕੋਈ ਬਦਲਾਅ 'ਚ ਲਿਆਈਏ ਨਾ। ਭਾਈ ਜ਼ੁਲਫਾਂ ਦੇ ਨਾਗ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ, ਹੈ ਨਾ? ਹਾਂਜੀ, ਅਤੇ ਮੈਂ ਕਹਿੰਦਾ ਕਿ ਇੱਥੇ ਲਾਈਵ ਹੋ ਜਾਏ। ਲਓ ਜੀ ਬਿਲਕੁਲ ਤਿਆਰ ਹਾਂ ਜੀ। ਹਾਏ ਨੀ ਜਦੋਂ ਜੁਲਫਾਂ ਦੇ ਨਾਗ ਤੇਰੇ ਡੰਗਿਆ ਨੀ ਅਸੀਂ ਪਾਣੀ ਵੀ ਨਾ ਮੰਗਿਆ, ਹਾਏ ਨੀ ਜਦੋਂ ਜੁਲਫਾਂ ਦੇ ਨਾਗ ਤੇਰੇ ਡੰਗਿਆ ਨੀ ਅਸੀਂ ਪਾਣੀ ਵੀ ਨਾ ਮੰਗਿਆ, ਹੋ ਗਿਆ ਇਸ਼ਕ ਤੇਰੇ ਚ ਦਿਲ ਰੰਗਿਆ ਨੀ ਅਸੀਂ ਪਾਣੀ ਵੀ ਨਾ ਮੰਗਿਆ, ਹਾਏ ਨੀ ਜਦੋਂ ਜੁਲਫਾਂ ਦੇ ਨਾਗ ਤੇਰੇ ਡੰਗਿਆ ਨੀ ਅਸੀਂ ਪਾਣੀ ਵੀ ਨਾ ਮੰਗਿਆ। ਕਿਆ ਬਾਤ ਹੈ ਭਾਈ, ਬਣੋ ਜਮਾਂ ਇੱਦਾਂ ਲੱਗ ਰਿਹਾ ਸੀ ਜਿਵੇਂ ਹਰਭਜਨ ਮਾਨ ਜੀ ਗਾ ਰਹੇ ਹੁਣ, ਟੱਚ ਮਿਲਦਾ ਕਿਤੇ ਨਾ ਕਿਤੇ ਆ ਕੇ। ਚਲੋ ਮੈਂ ਤਾਂ ਖੁਸ਼ਕਿਸਮਤੀ ਸਮਝੂੰਗਾ ਜੇਕਰ ਉਹਨਾਂ ਦੇ ਨਾਲ ਕੁਛ ਮਿਲਦਾ ਜੁਲਦਾ। ਨਹੀਂ ਵਾਕਈ ਲੱਗਦਾ ਤੁਹਾਡੀ ਆਵਾਜ਼ 'ਚ ਲੱਗਦਾ ਕਿ ਵਾਕਈ ਬੰਦਾ ਉਹਨਾਂ ਦਾ ਫੈਨ ਹੈ। ਜਿਸ ਤਰ੍ਹਾਂ ਨਾ ਮਤਲਬ ਇੱਕ ਮਾਹੌਲ ਬਣ ਜਾਂਦਾ ਉਹਨਾਂ ਦਾ, ਇੱਕ ਦਿਮਾਗ 'ਤੇ ਇੱਕ ਪਹਿਰਾ ਜਿਹਾ ਛਾਇਆ ਰਹਿੰਦਾ ਜਦੋਂ ਵੀ ਆ, ਜਦੋਂ ਉਹਨਾਂ ਦੀ ਕੋਈ ਮਾਰਕੀਟ 'ਚ ਕੈਸਟ ਹੋਣੀ ਚੱਕ ਲਿਆਉਣੀ, ਜਦੋਂ ਕੋਈ ਹੋਣੀ ਚੱਕ ਲਿਆਉਣੀ, ਫਿਰ ਉਹਨੂੰ ਸਾਰਾ ਯਾਦ ਕਰਨਾ ਬੱਚਿਆਂ ਵਾਂਗੂ। ਪੜ੍ਹਦੇ ਪੁੜ੍ਹਦੇ ਤਾਂ ਅਸੀਂ ਹੁੰਦੇ ਨਹੀਂ ਸੀ, ਬਸ ਗਾਣਿਆਂ ਵੱਲ ਜ਼ਿਆਦਾ ਖਿਆਲ ਸੀਗਾ। ਬਿਲਕੁਲ, ਅਤੇ ਬਸ ਚੱਕੀ ਜਾਂਦੇ ਸਾ ਕੰਮ ਨੂੰ, ਫਿਰ ਕੁਦਰਤੀ ਆ। ਬਾਕੀ ਚਲੋ ਮੈਂ ਤਾਂ ਖੁਸ਼ਕਿਸਮਤੀ ਸਮਝੂੰਗਾ ਜੇਕਰ ਉਹਨਾਂ ਦੇ ਨਾਲ ਕੁਛ ਮਿਲਦਾ ਜੁਲਦਾ ਹੈ। ਨਹੀਂ ਭਾਜੀ ਵਾਕਈ ਬਹੁਤ ਸੋਹਣਾ ਗਾਣਾ ਬਣਿਆ, ਪਰ ਆਪਾਂ ਹੋਰ ਬਹੁਤ ਗੱਲਾਂ ਕਰਨੀਆਂ, ਪਰ ਆਪ ਬ੍ਰੇਕ ਲੈ ਲਈਏ। ਥੈਂਕ ਯੂ, ਇਜਾਜ਼ਤ ਹੈ। ਓਕੇ ਓਕੇ, ਸੋ ਦੋਸਤੋ ਕਿਤੇ ਨਾ ਜਾਣਾ ਜੀ, ਮਿਲਦੇ ਆ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। ਮੁੜ ਤੋਂ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਫਸਟ ਲੁੱਕ ਦੇ ਵਿੱਚ, ਔਰ ਮੇਰੇ ਨਾਲ ਮੌਜੂਦ ਨੇ ਬੜਾ ਹੀ ਘੈਂਟ ਜਿਹਾ ਮੁੰਡਾ ਜਸਕਰਨ ਸਿੱਧੂ। ਭਾਜੀ ਅੱਜ ਕੱਲ੍ਹ ਹਰੇਕ ਆਰਟਿਸਟ ਸੋਸ਼ਲ ਸਾਈਟਸ 'ਤੇ ਬੜਾ ਐਕਟਿਵ ਹੈਗਾ, ਹੈ ਨਾ? ਤੁਸੀਂ ਕਿੰਨੇ ਕੁ ਐਕਟਿਵ ਹੋ? ਬਸ ਇੱਦਾਂ ਹੀ ਆ ਜੀ, ਸਰੋਤਿਆਂ ਨਾਲ ਜੁੜੇ ਰਹੀਦਾ। ਅੱਛਾ, ਅਤੇ ਕਾਫੀ ਪਿਆਰ ਕਰਦੇ ਨੇ ਸਾਰੇ, ਅਤੇ ਫਿਰ ਐਕਟੀਵਿਟੀ ਤਾਂ ਆਪਣੇ ਆਪ ਹੀ ਆ ਜਾਂਦੀ ਹੈ ਜਦੋਂ ਰਿਸਪੋਂਸ ਆ ਰਿਹਾ ਹੋਵੇ ਆਡੀਅੰਸ ਦਾ। ਭਾਈ ਹਰੇਕ ਆਰਟਿਸਟ ਆਪਦੀ ਮਤਲਬ ਲੁੱਕ ਲਈ ਕੋਈ ਨਾ ਕੋਈ ਸਪੈਸ਼ਲ ਸਪੈਸ਼ਲ ਚੀਜ਼ਾਂ ਕਰਦਾ ਹੈਗਾ, ਚਾਹੇ ਜਿਮ ਹੈ, ਚਾਹੇ ਡਾਂਸ ਕਲਾਸ ਹੈ, ਚਾਹੇ ਹੋਰ ਕੁਛ ਹੈਗਾ, ਮਤਲਬ ਤੁਸੀਂ ਵੀ ਸੋਚਿਆ ਕਿ ਇੱਦਾਂ ਦਾ ਕੁਛ ਕਰਨ ਲਈ? ਵੇਖੋ ਜੀ, ਮੈਂ ਮੇਰਾ ਤਾਂ ਪ੍ਰੋਫੈਸ਼ਨਲੀ ਜਿਹੜਾ ਵਾ ਉਹ ਜਿਹੜੀ ਗਾਇਕੀ ਦੇ ਕਰਕੇ ਮੈਂ ਲੋਕਾਂ ਦੇ ਨਾਲ ਜੁੜ ਗਿਆ, ਅਤੇ ਬਾਕੀ ਕੁਛ ਚੀਜ਼ਾਂ ਜਿਹੜੀਆਂ ਆਪਾਂ ਸਹਿ ਸੁਭਾਈ ਕਰਦੇ ਚੰਗੀਆਂ ਲੱਗ ਜਾਂਦੀਆਂ ਲੋਕਾਂ ਨੂੰ, ਬਸ ਸਿੱਧੀਆਂ ਗੱਲਾਂ ਕਰਨ ਦੀ ਆਦਤ ਹੈ, ਉਹ ਲੋਕਾਂ ਨੂੰ ਜੱਜ ਜਾਂਦੀਆਂ, ਚੰਗੀਆਂ ਵੀ ਲੱਗਦੀਆਂ। ਭਾਈ ਤੁਹਾਨੂੰ ਕੀ ਲੱਗਦਾ ਤੁਹਾਡੀ ਜਿਹੜੀ ਸਿੰਗਿੰਗ ਹੈ ਉਹਦੀ ਕਿਹੜੀ ਕੁਆਲਿਟੀ ਹੈਗੀ ਹੈ ਜਿਹੜੀ ਸਭ ਨਾਲੋਂ ਵੱਖ ਕਰਦੀ ਤੁਹਾਨੂੰ? ਕਾਫੀ ਤੁਸੀਂ ਮਹਿੰਗਾ ਕੁਐਸਚਨ ਪੁੱਛ ਲਿਆ, ਪਰ ਮਤਲਬ ਕੁਆਲਿਟੀ ਕੋਈ ਵੀ ਹੋਵੇ, ਮੈਂ ਤਾਂ ਆਡੀਅੰਸ ਦੇ ਹੁੰਗਾਰੇ ਦੀ ਗੱਲ ਕਰੂੰਗਾ। ਜਦੋਂ ਅਸੀਂ ਕੋਈ ਚੀਜ਼ ਲੈ ਕੇ ਜਾਂਦੇ ਹਾਂ ਨਾ ਆਡੀਅੰਸ ਦੇ ਅੱਗੇ, ਉਹ ਕੀ ਪਸੰਦ ਕਰਦੇ ਉਹ ਫਿਰ ਉਹੀ ਬੰਦੇ ਦੀ ਪਛਾਣ ਬਣਦੀ। ਭਾਅ ਜੀ ਇੱਕ ਮੈਂ ਦੱਸਾਂ,
ਮੈਂ ਜਿੰਨਾ ਕੁ ਤੁਹਾਡੇ ਨਾਲ ਹੁਣ ਮੈਂ ਤੁਹਾਡਾ ਸੁਣਿਆ ਗਾਇਕੀ ਸੁਣੀ ਹੈਗੀ ਆ ਤੁਸੀਂ ਜਿੰਨਾ ਵੀ ਗਾਇਆ ਹੈਗਾ ਉਹਦੀ ਰੂਹ ਨਾਲ ਗਾਇਆ ਜੀ ਜੀ ਇਹ ਤੁਹਾਡੀ ਖਾਸ ਹੈ ਤੁਹਾਡੀ ਸਰਲ ਵਾਕ ਕਰਦੀ ਹੈਗੀ ਆ ਕੁਛ ਲੋਕ ਹੀ ਹੁੰਦੇ ਜਿਹੜਾ ਰੂਹ ਨਾਲ ਕੰਮ ਕਰਦੇ ਨੇ ਕਿਉਂ ਜੀ ਬਾਈ ਜੀ ਕੰਮ ਹੀ ਉਹ ਜਿਹੜਾ ਰੂਹ ਨਾ ਹੋਵੇ ਬਿਲਕੁਲ ਠੀਕ ਹੈ ਜੀ ਅਤੇ ਰੂਹ ਤੋਂ ਬਿਨਾਂ ਤਾਂ ਕੁਛ ਨਹੀਂ ਜੇ ਰੂਹਦਾਰੀ ਨਹੀਂ ਤਾਂ ਕੁਛ ਵੀ ਨਹੀਂ ਭਾਈ ਫੋਕ ਸੌਂਗ ਦੀ ਆਪਾਂ ਜੇ ਗੱਲ ਕਰੀਏ ਹੈ ਨਾ ਆਪਣੀ ਪੰਜਾਬੀ ਇੰਡਸਟਰੀ ਦਾ ਮਤਲਬ ਅੱਜ ਦੀ ਕੰਪੋਜੀਸ਼ਨਾਂ ਵੀ ਬਹੁਤ ਡਿਪੈਂਡ ਆ ਸਾਰੇ ਫੋਕ 'ਤੇ ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਨੂੰ ਫੜ ਕੇ ਰੱਖਣਾ ਚਾਹੀਦਾ ਕਿ ਜੋ ਨਵਾਂ ਕੁਛ ਆ ਰਿਹਾ ਉਹਦੇ ਵਿੱਚ ਜਾਣਾ ਚਾਹੀਦਾ ਦੇਖੋ ਲੇਟੈਸਟ ਹੋਣਾ ਕੋਈ ਗਲਤ ਗੱਲ ਨਹੀਂ ਪਰ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਆਪਾਂ ਨੂੰ ਇੰਗਲਿਸ਼ ਜਿਹੜੀ ਆਪਾਂ ਇੰਗਲਿਸ਼ ਸਿੱਖਦੇ ਹਾਂ ਜਾਂ ਆਪਾਂ ਬੋਲਦੇ ਹਾਂ ਉਹ ਬੋਲਣੀ ਮਾੜੀ ਗੱਲ ਨਹੀਂ ਪਰ ਜਿਹੜਾ ਆਪਣੀ ਮਾਂ ਬੋਲੀ ਹੈ ਨਾ ਜਿਹੜਾ ਆਪਣਾ ਕਲਚਰ ਹੈ ਉਹਨੂੰ ਛੱਡਣਾ ਮਾੜੀ ਗੱਲ ਇਹ ਤਾਂ ਹੈ ਅਤੇ ਇਸੇ ਤਰ੍ਹਾਂ ਹੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਜਿਹੜੀ ਫੋਕ ਜੋ ਵੀ ਆ ਇਹ ਸਾਡੀਆਂ ਪੁਰਾਤਨ ਨੇ ਆਪਾਂ ਇੱਕ ਮਾਂ ਬੋਲੀ ਵਾਂਗੂ ਇਹਨਾਂ ਨੂੰ ਸੰਭਾਲ ਕੇ ਰੱਖੀਏ ਤਾਂ ਬੈਟਰ ਹੈ ਜੀ ਨਾਲੇ ਭਾਈ ਦੂਜੀ ਗੱਲ ਇਹ ਵੀ ਹੈ ਨਾ ਜਿਹੜਾ ਦਰਖਤ ਕਹਿੰਦੇ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈਗਾ ਬਿਲਕੁਲ ਉਹ 'ਚ ਫਲ ਸਾਰੇ ਹਰਿਆ ਭਰਿਆ ਹੀ ਰਹਿੰਦਾ ਹੈਗਾ ਬਿਲਕੁਲ ਅਤੇ ਸਾਰੇ ਕਿੰਨੇ ਲੋਕ ਉਸ ਤੋਂ ਹੈ ਨਾ ਮਤਲਬ ਆਨੰਦ ਲੈਂਦੇ ਹੈ ਬਿਲਕੁਲ ਚਲੋ ਭਾਅ ਜੀ ਆਪਾਂ ਗਾਇਕੀ ਦੇ ਸਫ਼ਰ ਬਾਰੇ ਬਹੁਤ ਗੱਲਾਂ ਕਰ ਲਈਆਂ ਅਤੇ ਮੈਂ ਚਾਹੁੰਦਾ ਕਿ ਆਪਾਂ ਇੱਕ ਥੋੜ੍ਹਾ ਜਿਹਾ ਇੱਕ ਰੈਪਿਡ ਫਾਇਰ ਰਾਊਂਡ ਖੇਲਦੇ ਹਾਂ ਮੈਂ ਤੁਹਾਡੇ ਤੋਂ ਵਨ ਵਰਡ ਕੁਐਸਚਨ ਪੁੱਛਾਂਗਾ ਤੁਸੀਂ ਵਨ ਵਰਡ ਆਨਸਰ ਦੇਣੇ ਉਹਦੇ ਓਕੇ ਠੀਕ ਹੈ ਜੀ ਸ਼ੁਰੂ ਕਰੀਏ ਚਲੋ ਭਾਅ ਜੀ ਪਹਿਲਾ ਮੋਬਾਈਲ ਤੁਹਾਡਾ ਵੇਖੋ ਜੀ ਬਟਨ ਵਾਲਾ 3310 ਭਾਈ ਤੁਹਾਡਾ ਪਹਿਲਾ ਵਹੀਕਲ ਚਿੱਟਾ ਚੇਤਕ ਅੱਛਾ ਜੀ ਅਤੇ ਪਹਿਲਾ ਸਕੂਲ ਸਕੂਲ ਮਤਲਬ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲ ਹੁੰਦੇ ਨੇ ਅਤੇ ਪ੍ਰਾਇਮਰੀ ਸਕੂਲ ਦੇ ਵਿੱਚ ਪਹਿਲੇ ਵਾਰੀ ਤੁਹਾਡੇ ਡਾਂਗਾਂ ਪਈਆਂ ਹੁਣ ਵੇਖੋ ਜੀ ਜਦੋਂ ਡਾਂਗਾਂ ਦੀ ਗੱਲ ਕਰਦੇ ਹਾਂ ਤਾਂ ਪਿੰਡਾਂ ਦੇ ਵਿੱਚ ਡਾਂਗਾਂ ਤੋਂ ਫਿਰ ਬਿਨਾਂ ਗੱਲ ਬਣਦੀ ਨਹੀਂ ਬਣਦੀ ਨਹੀਂ ਜਮਾਂ ਤਾਂ ਹੀ ਪੁੱਛਿਆ ਅਤੇ ਮੈਨੂੰ ਯਾਦ ਨਹੀਂ ਕਾਫੀ ਹਰੀ ਪਈਆਂ ਜੀ ਅੱਛਾ ਕੋਈ ਇਹੋ ਜਿਹਾ ਟੀਚਰ ਯਾਦ ਹੋਵੇ ਜਿਹਨੇ ਬਹੁਤ ਕੁੱਟਿਆ ਹੋਵੇ ਟੀਚਰ ਜਦੋਂ ਨਾ ਅਸੀਂ ਗਾੜੀ ਹਾਈ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਸੀ ਨਾ ਹਾਂਜੀ ਅਤੇ ਮੈਨੂੰ ਯਾਦ ਆ ਵੀ ਦੋ ਕੁ ਵਾਰੀ ਤਾਂ ਬਹੁਤ ਉਹਨਾਂ ਨੇ ਵਿਛਾਇਆ ਸਾਨੂੰ ਸਾਡੇ ਦਵਿੰਦਰ ਸਰ ਸੀਗੇ ਅੱਛਾ ਜੀ ਅਤੇ ਉਹ ਨਵੀਂ ਕਲਾਸ ਤੱਕ ਤਾਂ ਸਾਡੇ ਉਹ ਇੰਚਾਰਜ ਸੀਗੇ ਅਤੇ ਮੈਥ ਵੀ ਅਵਲ ਸੀਗਾ ਉਹ ਜਦੋਂ ਸਾਡੇ ਇੰਚਾਰਜ ਉਹ ਬਦਲ ਗਏ ਅਤੇ ਫਿਰ ਨਾਲ ਹੀ ਮੈਥ ਸਾਰਾ ਕੁਛ ਵੀ ਗਿਆ ਠੱਪ ਹੋ ਗਿਆ ਚਲੋ ਸਕੂਲ ਦੀ ਗੱਲ ਹੈ ਨਾ ਹੁਣ ਮੈਨੂੰ ਇਹ ਦੱਸੋ ਭਾਅ ਜੀ ਪਹਿਲੀ ਕੰਪਾਰਟਮੈਂਟ ਜਾਂ ਤੁਸੀਂ ਕਿਸ ਸਬਜੈਕਟ 'ਚ ਫੇਲ ਹੋਏ ਹੋ ਉਹ ਮੈਥ ਹੀ ਹੈ ਮੈਥ ਹੀ ਹੈ ਉਹੀ ਗੱਲ ਆ ਉਹ ਸਰ ਉਹਨਾਂ ਦੀ ਕੁੱਟ ਯਾਦ ਆਉਂਦੀ ਆ ਉਹਨਾਂ ਦਾ ਦਬਕਾ ਹੀ ਇੰਨਾ ਸੀਗਾ ਵੀ ਸਭ ਤੋਂ ਵੱਧ ਨੰਬਰ ਲੈਣੇ ਜਿੱਦਣ ਉਹ ਚੇਂਜ ਹੋ ਗਏ ਨਾ ਉਸ ਇੰਚਾਰਜ ਨਹੀਂ ਰਿਹਾ ਫਿਰ ਉਦੋਂ ਬਾਅਦ ਦੇ ਵਿੱਚ ਮੈਥ 'ਚੋਂ ਕੰਪਾਰਟਮੈਂਟ ਆਈ ਭਾਅ ਜੀ ਪਹਿਲੀ ਸਟੇਜ ਪਰਫੋਰਮੈਂਸ ਪਹਿਲੀ ਸਟੇਜ ਪਰਫੋਰਮੈਂਸ ਇਸ ਤਰ੍ਹਾਂ ਕੀ ਮਤਲਬ ਕੋਈ ਫੰਕਸ਼ਨ ਸੀ ਸਾਡੇ ਯਾਰਾਂ ਦੋਸਤਾਂ ਦੇ ਵਿੱਚ ਅਤੇ ਉੱਥੇ ਇੱਕ ਸਿੰਗਰ ਆਏ ਸੀਗੇ ਚਲੋ ਆਪਾਂ ਮਤਲਬ ਕਿਸੇ ਦਾ ਨਾਮ ਨਹੀਂ ਲੈਣਾ ਅਤੇ ਉਹ ਜਿਸ ਤਰ੍ਹਾਂ ਇੱਕ ਸਾਡਾ ਆਪਸੀ ਨਾ ਇੱਕ ਭਾਈਬੰਦੀ ਹੁੰਦੀ ਸਾਰਿਆਂ ਦੀ ਜਿਸ ਤਰ੍ਹਾਂ ਮੈਂ ਤੁਹਾਡਾ ਦੋਸਤ ਹਾਂ ਤੁਸੀਂ ਮੇਰੇ ਹੋ ਤੁਸੀਂ ਕਿਸੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਤਾਂ ਮੈਨੂੰ ਹੁੰਦਾ ਕਿ ਯਾਰ ਮੇਰਾ ਦੋਸਤ ਜਿਹੜਾ ਇਹ ਨਾ ਇਹ ਕੰਮ ਸਟੇਜ 'ਤੇ ਕਰਕੇ ਦਿਖਾਵੇ ਤਾਂ ਫਿਰ ਅੱਛਾ ਅਤੇ ਉੱਥੇ ਫਿਰ ਕਾਫੀ ਫਿਰ 10-15 ਬੈਠੇ ਸੀ ਅੱਛਾ ਮੈਨੂੰ ਕਹਿੰਦੇ ਵੀ ਚਲੋ ਸਿੱਧੂ ਸਾਹਿਬ ਸਟੇਜ 'ਤੇ ਚਲੋ ਮੈਂ ਕਿਹਾ ਵੀ ਨਹੀਂ ਯਾਰ ਕਿਸੇ ਦਾ ਪ੍ਰੋਗਰਾਮ ਹੈ ਆਪਾਂ ਉਹਨਾਂ ਨੂੰ ਬੁਲਾਇਆ ਵਾ ਯਾਦ ਕਰਦੇ ਸੀ ਫਿਰ ਯਾਦ ਕਰਦੇ ਸੀ ਕੀ ਬਾਤ ਹੈ ਅਤੇ ਫਿਰ ਸਭ ਤੋਂ ਪਹਿਲੀ ਸਟੇਜ ਮੇਰੀ ਉਹੀ ਫਿਰ ਉੱਥੇ ਮਤਲਬ ਫਿਰ ਮੈਂ ਮਾਨ ਸਾਹਿਬ ਦੇ ਗਾਣੇ ਤੋਂ ਸਟਾਰਟ ਕੀਤਾ ਅੱਛਾ ਪੋਚ ਪੋਚ ਪੱਗਾਂ ਬੰਨਣ ਜਵਾਨੀਆਂ ਅਤੇ ਉਹਦਾ ਰਿਸਪੋਂਸ ਮੈਨੂੰ ਚੰਗਾ ਫਿਰ ਉਹ ਇੱਕ ਬੋਲ ਦੋ ਬੋਲ ਤਿੰਨ ਬੋਲ ਚਾਰ ਬੋਲ ਉਹ ਇੱਕ ਦੇ ਚੱਕਰ ਦੇ ਵਿੱਚ ਮੁੜ ਕੇ ਚਾਰ ਬੁਲਵਾਏ ਉਹਨਾਂ ਨੇ ਫਿਰ ਘੁਲ ਮਿਲ ਗਏ ਆਪਾਂ ਨਾਲ ਵੀ ਝਾਕਾ ਖੁੱਲ ਗਿਆ ਇਸ ਤਰ੍ਹਾਂ ਅੱਛਾ ਉਹ ਕਾਫੀ ਯਾਦਗਾਰੀ ਪਲ ਨੇ ਮੇਰੇ ਭਾਈ ਚਲੋ ਹੈ ਨਾ ਤੁਸੀਂ ਬਹੁਤ ਵਧੀਆ ਆਨਸਰ ਦਿੱਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਐਂਡ 'ਤੇ ਸਾਡਾ ਪ੍ਰੋਗਰਾਮ ਫਸਟ ਲੁੱਕ ਇਹਦੇ ਬਾਰੇ ਦੋ ਲੈਣਾ ਮੈਨੂੰ ਬਹੁਤ ਵਧੀਆ ਲੱਗਿਆ ਸਰ ਮੈਨੂੰ ਸਪੈਸ਼ਲੀ ਦੱਸੋ ਕਿ ਥੋੜ੍ਹਾ ਮੈਨੂੰ ਮਿਲ ਕੇ ਕਿਵੇਂ ਲੱਗਿਆ ਉਹ ਕੀ ਪਤਾ ਤਰੀਕ ਦਾ ਭੁੱਖਾ ਹੁੰਦਾ ਨਹੀਂ ਦੇਖੋ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਾ ਨਹੀਂ ਭਾਅ ਜੀ ਤੁਸੀਂ ਵਾਕਿਆ ਤੁਸੀਂ ਬਹੁਤ ਵਧੀਆ ਆਰਟਿਸਟ ਹੋ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਅਤੇ ਲਾਸਟ 'ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੇ ਹੁਣ ਫਿਊਚਰ ਪਲਾਨ ਕੀ ਨੇ ਵੇਖੋ ਜੀ ਫਿਊਚਰ ਪਲਾਨ ਤਾਂ ਇਹੀ ਆ ਵੀ ਜਿਹੜੀ ਚੀਜ਼ ਦੇ ਵਿੱਚ ਆਪਾਂ ਹੱਥ ਪਾਇਆ ਨਾ ਉਹਨੂੰ ਹੁਣ ਆਪਾਂ ਅੱਗੇ ਲੈ ਕੇ ਜਾਣਾ ਵਾ ਬਿਲਕੁਲ ਠੀਕ ਆ ਅਤੇ ਮੈਂ ਇਸੇ ਤਰ੍ਹਾਂ ਹੀ ਚਾਹੁੰਦਾ ਵਾਂ ਵੀ ਆਡੀਅੰਸ ਪਿਆਰ ਦਿੰਦੀ ਰਹੇ ਅਤੇ ਤੁਸੀਂ ਇਸੇ ਤਰ੍ਹਾਂ ਹੀ ਬੁਲਾਉਂਦੇ ਰਹੋ ਅਤੇ ਅਸੀਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੁੰਦੇ ਰਹੀਏ ਅਤੇ ਬਾਕੀ ਡੋਰਾਂ ਉਸ ਰੱਬ ਦੇ ਹੱਥ ਨੇ ਬਿਲਕੁਲ ਭਾਅ ਜੀ ਤੁਹਾਡੇ ਨਾਲ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਉਮੀਦ ਕਰਦਾ ਆਪਾਂ ਫਿਰ ਮਿਲਦੇ ਰਹਾਂਗੇ ਸੋ ਮੇਰੇ ਵੱਲੋਂ ਅਤੇ PTC ਵੱਲੋਂ ਤੁਹਾਨੂੰ ਬੈਸਟ ਵਿਸ਼ਿਜ਼ ਆ ਚੜ੍ਹਦੀ ਕਲਾ ਚੜ੍ਹੋ ਸੋਹਣੇ ਸੋਹਣੇ ਗਾਣੇ ਲਿਆਉਂਦੇ ਰਹੋ ਥੈਂਕ ਯੂ ਮਨਪ੍ਰੀਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਅਤੇ ਮੈਂ ਤੇ ਦਿਲੋਂ ਧੰਨਵਾਦ ਕਰਦਾ ਹਾਂ PTC ਦਾ ਸਾਰੀ ਟੀਮ ਦਾ ਸੋ ਤੁਹਾਡੀ ਸਦਕਾ ਹੀ ਆ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ
ਸੋ ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।